ਕਹਿੰਦਾ ਤੂੰ ਕਿੱਟੀ ਪਿੱਟੀ ਨੇ ਕਿਹਾ, ਮੈਂ ਕਿਹਾ ਤੁਸੀਂ ਕਿਹੜਾ ਨਾਮ ਰੱਖਿਆ? ਤੇ ਚਾਚੂ ਤੂੰ ਕਿੱਟੀ ਪਿੱਟੀ ਨੇ ਕਿਹਾ ਮੇਰੇ ਭੈਣਾਂ ਨੂੰ, ਮੈਂ ਕਿਹਾ ਮੈਂ ਕਿੱਟੀ ਪਿੱਟੀ ਕਹੂੰ, ਤੂੰ ਕਿਹੜਾ ਨਾਮ ਰੱਖਿਆ? ਮੈਂ ਕਿਹਾ ਤੇਰੀ ਮੰਮਾ ਨੇ ਦੇ ਦਿੱਤੀ। ਨਹੀਂ ਜੀ ਨਹੀਂ, ਅੱਜ ਨਾ ਇਹਦੀ ਵੱਡੀ ਫੁੱਫੋ ਨੇ ਆ ਪਿਤਾਇਰਾ ਨੇ ਨਾਮ ਫਾਈਨਲ ਕੀਤਾ। ਉਹਨੇ ਕਿਹਾ ਜਿਹੜਾ ਅਸੀਂ ਆ ਉੱਥੇ ਕਾਰਡ 'ਤੇ ਲਿਖਾਈ ਸੀ ਨਾ ਹੀਰਾ ਜਵੇਦ, ਲੇਕਿਨ ਮੈਨੂੰ ਨਾਮ ਇਹ ਪਿਆਰਾ ਲੱਗਦਾ, ਵੈਸੇ ਵੀ ਹਿਬਾ ਦੇ ਨਾਲ ਰਲਦਾ, ਤੁਸੀਂ ਇਹੀ ਰੱਖੋ। ਆਪੀ ਕਹਿੰਦੇ ਵੀ ਨਿਦਾ ਨਹੀਂ ਸਹੀ ਨਾਲ ਨਾ ਹੁੰਦਾ, ਨਿਦਾ ਨਹੀਂ ਸਹੀ ਹੈਗਾ ਕਿ ਹਿਬਾ ਤੇ ਹੀਰਾ। ਨਹੀਂ ਬਸ ਇਹੀ ਹੀਰਾ ਜਵੇਲ ਖਾ ਦੇਣਾ ਬਸ। ਇਹਦੀ ਫੁੱਫੋ ਕਹਿੰਦੇ ਹੀਰਾ ਨਾਮ ਰੱਖ ਦੋ, ਫੁੱਫੋ ਤੈਰਾ ਕਹਿੰਦੇ ਚਲੋ ਨਾ ਟਿੱਟੀ ਪਿੱਟੀ ਨਾਮ ਤਾਂ ਹੋਰ ਆ, ਵੈਸੇ ਓਹਨੂੰ ਕਹਿੰਦੇ ਟੀਟੀ ਆ, ਤਾਂ ਕਰਕੇ ਓਹਨੇ ਕਿਹਾ ਉਹ ਸਰੈਕੀਆਂ ਦੇ ਨਾਮ ਆ। ਮੈਨੂੰ ਸੱਟ ਲੱਗ ਜਾਏਗੀ। ਅੱਛਾ ਪਤਾ ਕੀ ਆ, ਮੈਂ ਵਿਸ਼ੇ ਦੂਸਰਾ ਮੈਂ ਕੀ ਕਹਿਣ ਲੱਗੀ ਸੀ, ਯਾਦ ਭੁੱਲ ਗਿਆ ਮੈਂ। ਦੇ ਦਿੰਦੇ ਆ ਤੇਰੀ ਚਾਚੀ ਨੂੰ ਆਪ, ਤੇ ਤੂੰ ਸਾਰੀ ਰਾਤ ਆਪਣਾ ਸੁਣਦਾ ਵਾ। ਤੇਰੀ ਮੰਮਾ ਕਹਿੰਦੀ ਆ ਸੁੱਤਾ ਰਹਿੰਦਾ ਸਹੀ ਰਾਤ, ਬਸ ਮੰਮਾ ਕਹਿੰਦੀ ਲੈ ਜਾ ਕਿਟੀ ਪਿਟੀ। ਕਿਟੀ ਪਿਟੀ ਤੁਸੀਂ ਕਹਿਣਾ ਨਹੀਂ ਮੰਮਾ ਚੁੰਮਣ। ਅੱਛਾ ਪਤਾ ਕੀ ਉਹ ਜਿਹੜੇ ਅੱਗੇ ਨਾਮ ਲਿਖਵਾ ਕੇ ਆਉਂਦੇ ਸੀ ਨਾ ਕੀ ਜਵੇ, ਤੁਹਾਨੂੰ ਕਹਿੰਦੇ ਆ ਕੀ ਕਾਰਡ ਤੇ? ਹਾਂ ਉਹ ਲਾਲਾ ਕੋ ਜਦ ਕੋ ਹੈ ਜਿਹਨੇ ਕੁਛ ਨਹੀਂ ਲਿਖਾ ਕੇ ਆਉਂਦਾ ਪਟਵਾਰੀ ਪਟਵਾਰੀ। ਉਹ ਹੁਣ ਬਜ਼ੁਰਗ ਹੋ ਗਏ ਨਾ, ਉਹ ਨਹੀਂ ਹੁਣ ਜਾ ਸਕਦੇ। ਨਹੀਂ ਲਾਲਾ ਤਾਂ ਵੈਸੇ ਚੌਂਕੀਦਾਰ ਸੀਗਾ ਨਾ, ਤੇ ਲਿਖਾਇਆ ਜਾਂਦਾ ਸੀ ਤੇ ਨਹੀਂ, ਮੈਂ ਕੋ ਮੋਟਰਸਾਈਕਲ ਨਹੀਂ ਚੱਲਦਾ, ਆਵਾਜ਼ ਭਾਈ ਨੂੰ ਕਹੂੰਗਾ ਲਿਖਾਇਆ ਹੋਊਗਾ। ਅਤੇ ਅੰਮੀ ਜੀ ਅਤੇ ਅੱਬੂ ਜੀ ਕਹਿੰਦੇ ਨਿਧਾ ਰੱਖਣਾ, ਬਲਕਿ ਅੱਬੂ ਕਹਿੰਦੇ ਆ ਨਿਧਾ। ਦੇਖੋ ਹੁਣ ਜਿਹੜਾ ਅੱਬੂ ਨੂੰ ਵੀ ਪੁੱਛ ਲਾਂਗੇ। ਚਲੋ ਅੱਛਾ ਜੀ, ਜਿਹੜੀ ਸਲਾਹ ਹੋਈ ਸੁਬਾਹ ਜੀ ਗਏ ਭਾਈ ਆਵਾਜ਼ ਜਾਂ ਜਾਣ ਕੇ ਸਵਾਰਾ ਦਿਨ ਜਿਹੜਾ ਵੀ ਨਾਮ ਡਿਸਾਈਡ ਹੋਇਆ ਉਹ ਭਾਈ ਆਵਾਜ਼ ਦੀ ਵੀਡੀਓ ਤੁਹਾਨੂੰ ਪਤਾ ਚੱਲ ਜਾਏਗਾ। ਹਾਂਜੀ ਬਿਲਕੁਲ ਨਹੀਂ, ਉਹੀ ਮੈਂ ਕਿਹਾ ਨਾ ਭਾਈ ਆਵਾਜ਼ ਦੀ ਵੀਡੀਓ 'ਚ ਪਤਾ ਲੱਗ, ਉਹ ਕਹਿੰਦਾ ਉਹੀ ਕੋਈ ਪਤਾ ਨਹੀਂ ਉੱਥੇ ਲਿਖਾ ਉਹੀ ਦੇਵੇ, ਉਹ ਭਾਈ ਆਵਾਜ਼ ਦੀ ਵੀਡੀਓ 'ਚ ਪਤਾ ਚੱਲ ਜਾਵੇ ਕਿਹੜਾ ਨਾਮ ਲਿਖਾਉਣਾ। ਹੋਰ ਮੈਂ ਬਸ ਆਂਟੀ ਹੁਣੀ ਚਾਚੂ ਹੁਣੀ ਸਾਰੇ ਠੀਕ ਠਾਕ ਸੀ, ਰਾਤੀ ਤੁਸੀਂ ਆਏ ਨਹੀਂ ਰਹੇ ਹੋ, ਮੈਂ ਤੁਹਾਡੇ ਕੋਲ ਗਿਆ ਝੱਟ ਤੇ ਹੁਣ ਤਾਂ ਆਪੀ ਨੇ ਵੈਸੇ ਚੱਲ ਜਾਣਾ, ਮਨ ਤੇ ਉਹ ਪਰੇਸ਼ਾਨੀ ਲੱਗੀ। ਚਲੋ ਬਾਜ਼ਾਰ ਜਾਈਏ ਆਪੀ ਕੋ, ਘੰਟਾ ਡੇਢ ਬੈਠੇ ਥਕਾਵਟ ਦੂਰ, ਫੇਰ ਆ ਜਾਈਦਾ ਸੀ ਘਰ। ਪਹਿਲੇ ਅਸੀਂ ਜਾਣਾ ਆਪੇ ਸੁਨਹਿਰਾ ਕੋਲ ਸਟੇ ਕਰਨਾ, ਉਸ ਤੋਂ ਬਾਅਦ ਫਿਰ ਅਸੀਂ ਆਪੇ ਤੈਰਾ ਕੋਲ ਸਟੇ ਕਰਨਾ। ਲੇਕਿਨ ਮੈਂ ਆਪੇ ਸੁਨਹਿਰਾ ਨੇ ਕਹਿਣਾ ਬੈਠ ਕੇ ਦੀ ਚਾਬੀ ਸਾਨੂੰ ਵੱਖਰੀ ਦੇ ਜੀ ਤੂੰ। ਹਾਂਜੀ ਚਲੋ ਬੰਦਾ ਉਹ ਸਕੂਨ ਤਾਂ ਕਰਦਾ ਨਾ ਜਾ ਕੇ, ਪਰ ਲੈ ਵੱਖਰਾ ਯਾਨੀ ਕਿ ਕਮਰਿਆਂ ਦੀ ਆਪਣੇ ਕੋਲ ਰੱਖਣੇ ਬੈਠ ਕੇ ਦੇ ਵਿੱਚ ਇੱਕ ਹੋ ਗਿਆ ਨਾ ਚਾਬੀ। ਮੈਂ ਨਾ ਜਦੋਂ ਚਾਬੀ ਪੂਰੇ ਘਰ ਦੀ ਦੇ ਜਾਂਗੇ ਤੁਸੀਂ ਇਧਰ ਸ਼ਹਿਰ ਆਲਾਏ, ਮੈਂ ਕਿਹਾ ਫਿਰ ਦਿਲ ਹੀ ਨਹੀਂ ਕਰਨਾ ਇਧਰ ਆਉਣ ਤੇ। ਨਹੀਂ ਨਹੀਂ ਫੇਰ ਵੀ ਨਹੀਂ, ਥਕਾਵਟ ਹੋਵੇ ਬੰਦਾ ਝੱਟ ਚਲੀ ਜਾਂਦਾ। ਬਾਜ਼ਾਰ ਹਿਬਾ ਕੱਲ ਦੀ ਕਹਿ ਰਹੀ ਆ, ਪਾਪਾ ਜੀ ਛੋਟੀ ਭੈਣ ਲੈ ਕੇ ਬਾਜ਼ਾਰ ਚਲੀ ਆਪਣੀ ਪਸੰਦ ਦੇ ਕੱਪੜੇ ਲਿਆਉਗੀ। ਹਾਂਜੀ ਆਪਣੀ ਦਾਦੀ ਨਾਲ ਤਿਆਰ ਕੀਤੀ ਫਿਰ ਦੀ। ਅਸੀਂ ਨਾ ਬਾਜੀ ਸੁਨਹਿਰਾ ਜਦੋਂ ਅਸੀਂ ਬਾਜ਼ਾਰ ਜਾਣਾ ਤੇ ਜਵੇਦ ਕੋ ਹਮਨਾ ਸੀ, ਹਮਨਾ ਫੀਡਰ ਪੀ ਲੈਂਦੀ ਹੁੰਦੀ ਸੀ, ਹਮਨਾ ਰੋਂਦੀ ਨਹੀਂ ਸੀ ਹੁੰਦੀ ਤੇ ਇਹਨਾਂ ਕੋ ਛੋੜ ਕੇ ਚਲੀ ਜਾਣੀ, ਫਿਰ ਹਿਬਾ ਉਹ ਵੀ ਮੋਏ ਇਹਨਾਂ ਕੋ ਛੋੜ ਕੇ ਨਾ ਤੇ ਬਾਜ਼ਾਰ ਚਲੇ ਜਾਣਾ। ਸਹੀ ਨਹੀਂ ਬਾਜੀ ਦਾ ਬੜਾ ਸਹਾਰਾ ਸੀ, ਬੜਾ ਹੁਣ ਸੀਗਾ ਨਹੀਂ ਸਾਡੇ ਚ ਮੈਂ ਜ਼ਬਰਦਸਤ ਕਰਾਉਂਦੀ ਗੱਲਾਂ, ਮੈਂ ਬਹੁਤ ਗੱਲਾਂ ਕਰਦੀ। ਸੁਬਾਹ ਸੁਬਾਹ ਦਾ ਟਾਈਮ ਹੋਣਾ ਨਾ ਤੇ ਮੈਨੂੰ ਹੁੰਦਾ ਸੀ ਵੀ ਮੈਂ ਕੰਮ ਕਰ ਲਵਾਂ ਤੇ ਮੈਂ ਆਪਣਾ ਨਾ ਮੈਂ ਥੋੜ੍ਹੀ ਦੇਰ ਬਾਅਦ ਆ ਕੇ ਦੇਖ ਲੈਣਾ ਸੁੱਤੀ ਕੰਮ ਕਰ ਲੈਣਾ, ਬਾਹਰੋਂ
सुबह सुबह आंदा इन चकदा झट लाडी करदा जेड़ा काम करना बाकी उन्हें बाद करना होंदा छोटी जी होनी चाहिए और राती आया चूसनी दे के गया कहिंदा भाई मैं ना जिहड़ी सब तो वधिया ना वो लैके आया मैं देख जो जिस टाइम मैं देखी मैं उस टाइम भी वड्डी लगी थोड़ी जी ते किदा दंद जांदा रहा दोंदा हो गया पुत मेरा चलो ठीक है कुरूल करके हो बुढ़ गई मेरे को आई कहती पापा जी मेरा ना दंद हिलदा प्लास्टिक नाल पट दियो मैं के ना बेटा हां सिर दे छाते अम्मी जी कहती सी गां दा दूध ना थोड़े गर्म करके नू पिलाया करो बिल्कुल नहीं पींदी चीनी नहीं पाई होनी पीना तो चाहिए इनू मोहित अपनी चाची ना सही लड़ाइया करता मैं मोहित अपनी चाची ना सही लड़ाइया करता वो लड़ाइया करता अच्छा मोहित नाता सुना अच्छा जी किटी पिटी मैं नहीं देनी संभालो एक प्रैक्सट हो जाए एक तजर्बा हो जाए इस तरह नहीं इस तरह पता मैं जेड़ा तेरा तजर्बा है अदन एक बार तेरे नाल पाई सी असि एवे करी रखता किन्नी देर कदी करी रखूगा इदा लेकिन इस तरह न्याणे नहीं लाना चाहिए नहीं नहीं फिर वो जेड़ा भी बंदा चकूगा ऐसे इस तरह करूगा तो चुप करूगा नहीं तो नहीं करता फुल मैं उसने जाके देना चल ले जी यार ठीक है ना मोहित थोड़ी शरारत करता मोहित बतेरी करता आवास मेरा भरा जान लगा ना वह गिलास नहीं जरा यह वाहवा दिन तो मैं देखता इन थोड़े पिछे कर दी जे गिर गया ना इनू चिब पै जाना ते सोहरिया का गिलास आ जान के निशानी है एक मिसाल तौर ते सोहरिया का गिलास जान के उस दाज दे विच ही आया मैं इनू क्या छेत लिया नहीं जलाए सी ता दो ही सी के बस नहीं नहीं गिलास सोहने लगते हैं आज बर्तन बेचने वाले ना बुढ़ी आई ਤੇ ਉਹ ਨਾ ਉਹ ਜਿਹੜੀ ਡਿੱਡੀ ਆ ਮੇਰੀ ਉੱਪਰ ਕਢਾਈ ਨੀ ਐਡੀ ਕੋ ਕਹੇ 2000 ਦੀ ਹਾਂਜੀ ਮੈਂ ਸੁਣਦਾ ਪਿਆ ਸੀ ਉੱਥੇ ਸੀ ਮੈਂ ਉਹ ਕੈਸੇ ਮਿਲ ਰਹੇ ਹਨ ਕੈਸੇ ਸਮਾਨ ਲੈਂਦੇ ਆ ਜਦੋਂ ਰੇਟ ਸੜੇ ਬਾਅਦ ਚ ਮੈਂ ਕਹਿੰਦਾ ਜਾਣ ਦੋ ਆਪੇ ਤੁਸੀਂ ਜਾ ਕੇ ਲਿਆਵਾਂਗੇ ਜਾਣ ਮੈਂ ਕਿ ਉਦੋਂ ਅਸੀਂ ਉੱਥੋਂ ਲਏ ਨਹੀਂ ਬਰਤਨ ਹਾਂਜੀ ਇੰਨਾ ਵੀ ਉਹ ਜਿੰਨਾ ਪੈਟਰੋਲ ਸਾੜ ਦਿੰਦਾ ਨਾ ਵਿੱਚ ਉਹ ਇੱਕ ਬਰਤਨ ਦੇ ਕਿੱਥੇ ਪਾ ਦਈਏ ਆਹੋ ਸਾਰ ਦਿਹਾੜੀ ਤੇ ਸਮਾਨ ਮੈਂ ਕਿਹਾ ਭਾਈ ਤੁਸੀਂ ਕਿਸ ਦਿਨ ਆਵਾਸ ਮੈਂ ਜਾ ਕੇ ਤੇ ਉੱਥੋਂ ਆਪਣੇ ਪਸੰਦ ਉੱਥੋਂ ਲੈ ਆਇਓ ਮੈਂ ਵੀ ਇਹ ਕੜਾਈ ਲਿਆਉਣਾ ਹੋਰ इस्तेमाल स्टील दे दोस्त नहीं है साड़े को लेकिन सिल्वर सिल्वर मकान छत लिपने बारिश आई तो ਆ ਲਿਪਸਟਿਕ ਹਿਬਰ ਬੜੀ ਸਾਰੀ ਇਹੀ ਵਾਲੇ ਕੰਮ ਆ ਮੈਂ ਸਾਰਾ ਸ਼ੀਸ਼ਾ ਸਾਰਾ ਸ਼ੀਸ਼ਾ ਸਾਫ਼ ਕੀਤਾ ਹਾਂ ਠੀਕ ਹੈ ਮੈਂ ਆਪਣਾ ਲਗਾਈ ਨਹੀਂ ਹੈਗੀ ਬਸ ਅਸਲ ਦੇ ਵਿੱਚ ਨਾ ਇਹ ਸ਼ੀਸ਼ਾ ਸੁਪਰ ਸਾਫ਼ ਕਰਿਓ ਇਹ ਨਾ ਹੋਵੇ ਤੇ ਪੱਕੀ ਹੋ ਜਾਵੇ ਇਹੀ ਵਾਲੇ ਕੰਮ ਆ ਇਸ ਤਰ੍ਹਾਂ ਖਰਾਬ ਤਰ੍ਹਾਂ ਕਰੋ ਇਤਨੀ ਮਹਿੰਗੀ ਆ ਇਹ ਹਿਬਾ ਹਟਦੀ ਨਹੀਂ ਇਹ ਬਾਤ ਤੋਂ ਬਗੈਰ ਮੋਇਜ਼ ਵੀ ਨਹੀਂ ਹਟਦਾ ਮੋਇਜ਼ ਵੀ ਤੇਰੀ ਸ਼ਰਾਰਤਾ ਕਰਦਾ ਹਾਂਜੀ ਕਿਦਾਂ ਮਜ਼ੇਦਾਰ ਬਣੀ ਆ ਇਹ ਨਾ ਬਸ ਥੋੜਾ ਜਿਹਾ ਨਾ ਬਣਾਈਆਂ ਤਾਂ ਕੱਲ ਨਹੀਂ ਸੀਗੀਆਂ ਰਾਤੀ ਬਣਾਈਆਂ ਸੀਗੀਆਂ ਫਿਰ ਮਾਮੂ ਜੀ ਦਾ ਟਾਈਮ ਨਹੀਂ ਸੀਗਾ ਫਿਰ ਮਾਮੂ ਜੀ ਕੰਮ ਕਰ ਆ ਗਏ ਮਾਮੂ ਜੀ ਨੇ ਕੱਪੜੇ ਪਾਏ ਸੀ ਮੈਂ ਕਿਹਾ ਮਾਮੂ ਜੀ ਨੇ ਖਤਮ ਨਹੀਂ ਦੇਣਾ ਫਿਰ ਮਾਮੂ ਜੀ ਨੇ ਜ਼ੋਰ ਸ਼ਾਮੀ ਮੈਂ ਖਤਮ ਦਵਾਇਆ ਮਾਮੂ ਜੀ ਕੋਲ ਸਹੀ ਹੈ
ਮੋਈਜ਼ ਤਮੀਜ਼ ਨਾਲ ਫੁੱਫਾ ਜੀ ਵੀ ਸੇਮ ਹੀ ਬਸ ਖਾ ਕੇ ਗਏ ਰੋਟੀ ਨਹੀਂ ਖਾਦੀ ਫੁੱਫਾ ਜੀ ਨੇ ਅਮੀ ਜੀ ਦੀ ਤਬੀਅਤ ਨਹੀਂ ਠੀਕ ਨਾ ਹਾਂਜੀ ਫੁੱਫਾ ਕਹਿੰਦੇ ਸਵੇਰ ਦੀ ਮੈਂ ਸਾਗ ਵਾਲੀ ਨਾ ਮਿੱਸੀ ਰੋਟੀ ਖਾਦੀ ਉਹਦੇ ਨਾਲ ਮੇਰੀ ਤਬੀਅਤ ਖਰਾਬ ਆ ਅਮੀ ਜੀ ਨੇ ਕਹਿੰਦੇ ਥੋੜ੍ਹਾ ਗੁੜ ਖਾਓ ਇੱਕ ਦਫਾ ਉਹ ਵੀ ਠੀਕ ਹੈ ਯਾਰ ਗੁੜ ਖਾਣ ਨਾਲ ਬੰਦਾ ਸਹੀ ਹੋ ਜਾਂਦਾ ਜ਼ਬਰਦਸਤ ਹੋ ਜਾਂਦਾ ਮੈਂ ਥੋੜ੍ਹੇ ਦਿਨ ਹੋਏ ਮੈਂ ਗੁੜ ਖਾ ਲੈਂਦਾ ਬੜਾ ਸੋਹਣਾ ਕਹਿੰਦੇ ਬਾਹਰ ਨਾ ਹਵਾ ਤੇਜ਼ ਚੱਲ ਰਹੀ ਮੋਇਸ ਬੇਟਾ